ਕਿ ਸੁਪਰੀਮ ਕੋਰਟ ਵੱਲੋਂ 186 ਕੇਸਾਂ ਦੀਆਂ ਫਾਈਲਾਂ ਨੂੰ ਮੋੜ ਤੋਂ ਇਨਵੈਸਟੀਗੇਟ ਕਰਨ ਵਾਸਤੇ ਇੱਕ ਟੀਮ ਦਾ ਗਠਨ ਕੀਤਾ ਹੈ ਕਾਂਗਰਸ ਪਾਰਟੀ ਇਹ ਇਹ ਆਰਡਰ ਦਾ ਸਵਾਗਤ ਕਰਦੀ ਹੈ ਔਰ ਸੁਪਰੀਮ ਕੋਰਟ ਦਾ ਧੰਨਵਾਦ ਕਰਦੀ ਹੈ ਕਿ ਜਿਹੜਾ ਸਦੀਆਂ ਤੋਂ ਇਨਸਾਫ ਸੀ ਦਬਿਆ ਹੋਇਆ ਉਹ ਇਨਸਾਫ ਲੋਕਾਂ ਨੂੰ ਮਿਲੇ ਪੰਜਾਬੀਆਂ ਨੂੰ ਇਨਸਾਫ ਮਿਲੇ ਸਿੱਖਾਂ ਨੂੰ ਇਨਸਾਫ਼ ਮਿਲੇ ਔਰ ਪੰਜਾਬ ਦੇ ਲੋਕ ਇਹਦੇ ਵਾਸਤੇ ਬੜੇ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ 186 ਫਾਈਲਾਂ ਜਿਹੜੀਆਂ ਦੱਬੀਆਂ ਹੋਈਆਂ ਸੀ ਔਰ ਮੈਂ ਇਹ ਗੱਲ ਦਾ ਇਲਜ਼ਾਮ ਲਗਾ ਰਿਹਾ ਕਿ ਇਹਦੇ ਵਾਸਤੇ ਕਿ ਆਰਐਸਐਸ ਔਰ ਬੀਜੇਪੀ ਦੇ ਲੋਕ ਇਹਨਾਂ ਫਾਈਲਾਂ ਦੇ ਵਿੱਚ ਦਫੇ ਹੋਏ ਨਾਲ ਇਹ ਉਹਨਾਂ ਦੇ ਨਾਂ ਵੀ ਜਾਰੀ ਹੋਣਗੇ ਅਸੀਂ ਇਹ ਗੱਲ ਕਹਿੰਦੇ ਕਿ ਚਾਹੇ ਕਾਂਗਰਸ ਪਾਰਟੀ ਦਾ ਕੋਈ ਆਦਮੀ ਦੋਚੀ ਹੈ ਕਿ ਇਹ ਦੂਸਰੀ ਪਾਰਟੀਆਂ ਦਾ ਨਾਂ ਆਦਮੀ ਕੋਈ ਦੋਸ਼ੀ ਹੈ ਕਾਂਗਰਸ ਪੰਜਾਬ ਉਹਨਾਂ ਨੂੰ ਮੁਜਰਮ ਮੰਦੀ ਹੈ ਜਿਹੜੇ ਵੀ ਕੋ ਦੋਸ਼ੀ ਹੋਣ ਔਰ ਇਹ ਮੰਗ ਕਰਦੀ ਹੈ ਕਿ ਸਖਤ ਤੋਂ ਸਖਤ ਉਹਨਾਂ ਲੋਕਾਂ ਨੂੰ ਸਜ਼ਾਵਾ ਹੋਣ ਕੇਸ ਬੜਾ ਲੰਬਾ ਹੋ ਚੁੱਕਾ ਦੇਰੀ ਹੋ ਚੁੱਕੀ ਇਹ ਜਿੰਨਾ ਵੀ ਫਾਸਟ ਟਰੈਕ ਚ ਹੋਵੇ ਕਾਂਗਰਸ ਪਾਰਟੀ ਉਹਦਾ ਸਵਾਗਤ ਕਰੇਗੀ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਟਵੀਟ ਦੇ ਰਾਹੀਂ ਮੀਡੀਆ ਦੇ ਰਾਹੀਂ ਇਸ ਦਾ ਸਵਾਗਤ ਕੀਤਾ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਪੰਜਾਬ ਦੀ ਕਾਂਗਰਸ ਇਹ ਚਾਹੁੰਦੀ ਹੈ ਕਿ ਜਿੰਨੇ ਵੀ ਕਾਤਲ ਹੈ ਪੰਜਾਬੀਆਂ ਦੇ ਜਿੰਨੇ ਵੀ ਦੰਗਿਆਂ ਵਿੱਚ ਸ਼ਾਮਲ ਹੈ ਉਹ ਫਾਇ ਲੱਗਣ ਉਹ ਇਨਸਾਫ ਮਿਲੇ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਵਿੱਚ ਜਿਹੜੇ ਬੈਠੇ ਹਨ ਕਾਂਗਰਸ ਪਾਰਟੀ ਇਹ ਸੁਪਰੀਮ ਕੋਰਟ ਦੇ ਹੁਕਮਾਂ ਦਾ ਸਤਕਾਰ ਕਰਦੀ ਹੈ ਔਰ ਉਹਨਾਂ ਸਵਾਗਤ ਕਰ ਸਰਿਕਸ਼ੀ ਦੁੱਗਮ ਸਿੰਘ ਦੇ ਪੁੱਤ ਇੱਕ ਬਹੁਤ ਦੁਖਦਾਈ ਘਟਨਾ ਹੈਗੀ ਹੈ ਕਿ ਐਡੀ ਵੱਡੀ ਫੈਮਲੀ ਜਿਨੇ ਦੇਸ਼ ਦੀ ਏਕਤਾ ਅਖੰਡਤਾ ਔਰ ਦੇਸ਼ ਦੀ ਆਜ਼ਾਦੀ ਦੇ ਵਿੱਚ ਐਡਾ ਵੱਡਾ ਯੋਗਦਾਨ ਪਾਇਆ ਹੋਵੇ ਔਰ ਇਹ ਜਿਹੜੀ ਘਟਨਾ ਵਾਪਰੀ ਹੈ ਇਹ ਘਟਨਾਵਾਂ ਦੇ ਪਿੱਛੇ ਇਹ ਸਾਰੇ ਦੇ ਸਾਰੇ ਕਸੂਰਵਾਰ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਦੋਸ਼ੀ ਹੈ ਇਹ ਲੋਕਾਂ ਦੇ ਨਾਲ ਜਿਹੜਾ ਜਾ ਕੇ ਇਹ ਕਹਿ ਰਿਹਾ ਕਿ ਤੁਹਾਡੇ ਕਰਜ਼ਾ ਮਾਫ ਨਹੀਂ ਹੋ ਰਹੇ ਔਰ ਤੁਹਾਨੂੰ ਕੁਝ ਨਹੀਂ ਮਿਲਣਾ ਕਿਤੇ ਨਾ ਕਿਤੇ ਉਹਨਾਂ ਦੀ ਬੇਚੈਨੀ ਦੇ ਵਿੱਚ ਬੜਾ ਵਾਦਾ ਕਰ ਰਿਹਾ ਉਹਨਾਂ ਦੀ ਤਕਲੀਫ ਦੇ ਵਿੱਚ ਵਾਦਾ ਕਰ ਰਿਹਾ ਔਰ ਜਿੱਥੇ ਕਾਂਗਰਸ ਦੀ ਸਰਕਾਰ ਲੋਕਾਂ ਨੂੰ ਰਿਲੀਫ ਦੇ ਰਹੀ ਹੈ ਕਰਜ਼ੇ ਮਾਫ ਕਰ ਰਹੀ ਹੈ ਉਥੇ ਲੋਕਾਂ ਦੇ ਵਿੱਚ ਜਾ ਕੇ ਅਜਿਹੀਆਂ ਗੱਲਾਂ ਕਹਿਣੀਆਂ ਕਿ ਤੁਹਾਡੇ ਕਰਜ਼ੇ ਮਾਫ ਨਹੀਂ ਹੋਣੇ ਉਹਨਾਂ ਦੇ ਹੌਸਲੇ ਤੋੜਨੇ ਉਹਨਾਂ ਦੇ ਹੌਸਲਿਆਂ ਦੇ ਉੱਪਰ ਜਿਹੜਾ ਹੈਗਾ ਉਹ ਹਮਲਾ ਕਰਨਾ ਔਰ ਉਹਨਾਂ ਨੂੰ ਕਿਸੇ ਨਾ ਕਿਸੇ ਜਗ੍ਹਾ ਦੇ ਉੱਪਰ ਇਸ ਗੱਲ ਵਾਸਤੇ ਪ੍ਰਵੋਕ ਕਰਦੇ ਆ ਕਿ ਉਹ ਆਤਮ ਹੱਤਿਆ ਕਰਨ ਉਹ ਆਤਾ ਮਹਾਤਿਆ ਵਰਗੇ ਕੰਮਾਂਲੇ ਪਾਸੇ ਧਿਆਨ ਦੇਣ ਪੰਜਾਬ ਦੇ ਲੋਕਾਂ ਨੇ ਅੱਜ ਮਹਿਸੂਸ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੀ ਕਿਸਾਨਾਂ ਦੇ ਰਖਵਾਲੇ ਆ ਮੈਂ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਉੱਪਰ ਵਿਸ਼ਵਾਸ ਰੱਖਣ ਇਹਦੇ ਵਾਸਤੇ ਕੁਝ ਆਪੋਜੀਸ਼ਨ ਪਾਰਟੀਆਂ ਦੇ ਲੋਕ ਦੋਸ਼ੀ ਹੈ ਜਿਹੜੇ ਕਿਸਾਨਾਂ ਨੂੰ ਪ੍ਰੋਵੋਕ ਕਰ ਰਹੇ ਕਿ ਤੁਹਾਡਾ ਕੁਝ ਨਹੀਂ ਬੰਨਾ ਤੁਹਾਨੂੰ ਕੁਝ ਨਹੀਂ ਮਿਲਣਾ ਉਹਨਾਂ ਨੂੰ ਉਦਾਸ ਕਰ ਰਿਹਾ ਉਹਨਾਂ ਦਾ ਦਿਲ ਤੋੜ ਰਿਹਾ ਹੈ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਨੇ ਉਹਨਾਂ ਤਾਕਤਾਂ ਦੇ ਮੂੰਹ ਤੇ ਚਪੇੜ ਮਾਰੀ ਆ ਔਰ ਜਿਹੜੇ ਇਹ ਗੱਲ ਕਹਿੰਦੇ ਸੀ ਕਿ ਇਹਨਾਂ ਨੇ ਕੁਝ ਦੇਣਾ ਨਹੀਂ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੇ 580 ਕਰੋੜ ਰੁਪਈਆ ਇਹ ਕਿਸਾਨਾਂ ਦੀ ਦੂਸਰੀ ਕਿਸ਼ਿ ਜਾਰੀ ਕਰਤੀ 115000 ਕਿਸਾਨਾਂ ਨੂੰ ਇਸ ਦਾ ਫਾਇਦਾ ਹੋਏਗਾ ਔਰ ਬੜੀ ਜਲਦੀ ਤੀਸਰੀ ਕਿਸ਼ਤ ਵੀ ਜਾਰੀ ਕਰਾਂਗੇ ਅਸੀਂ ਤੇ ਕਿਹਾ ਕਿ ਭਾਈ ਪਹਿਲੇ ਅਸੀਂ ਕੋਆਪਰੇਟ ਬੈਂਕਾਂ ਦੇ ਕੋਆਪਰੇਟ ਸੁਸਾਇਟੀਆਂ ਦੇ ਕਰਜ਼ੇ ਮਾਫ ਕਰ ਰਹੇ ਆ ਫਿਰ ਪ੍ਰਾਈਵੇਟ ਬੈਂਕਾਂ ਦੇ ਵੀ ਕਰਨੇ ਆ ਬਈ ਕਿਸਾਨੋ ਤੁਹਾਡੇ ਆੜਤੀਆਂ ਦੇ ਵੀ ਕਰਜ਼ੇ ਫਿਰ ਹੋਣੇ ਮਾਫ ਇਸ ਲਈ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦਾ ਰਾਖਾ ਹੈ ਪੰਜਾਬੀਆਂ ਦਾ ਹਰ ਦਿਲ ਅਜੀਜ਼ ਹੈ ਔਰ ਅੱਜ ਕਿਸਾਨ ਜਿਹੜੇ ਲੋਕ ਕਿਸਾਨਾਂ ਨੂੰ ਗਲਤ ਰਾਵਾਂ ਤੇ ਲੈ ਕੇ ਜਾ ਰਹੇ ਸੀ ਅੱਜ ਕਿਸਾਨ ਉਹਨਾਂ ਦੇ ਪਾਸੇ ਦੇਖ ਕੇ ਉਹਨਾਂ ਨੂੰ ਕਹਿ ਰਿਹਾ ਕਿ ਸ਼ਰਮ ਕਰੋ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਗੱਲ ਕਰਨ ਦੀ ਬਜਾਏ ਇਹਨਾਂ ਨੂੰ ਸੁਖਬੀਰ ਬਾਦਲ ਨੂੰ ਚਾਹੀਦਾ ਕਿ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਕਵੇ ਸੁਖਪਾਲ ਸਿੰਘ ਖੈਰਾਂ ਨੂੰ ਚਾਹੀਦਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਦੇ ਨਾਰੇ ਲਗਾਏ ਪੰਜਾਬ ਜਿੰਦਾਬਾਦ ਹੈ ਪੰਜਾਬ ਦਾ ਕਿਸਾਨ ਜਿੰਦਾਬਾਦ ਹੈ ਔਰ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਹੈ ਵਿਰੋਧੀ ਵੱਲ ਕਹਿੰਦੇ ਕਿ ਜਿਹੜੀ ਲਿਸਟਾਂ ਬਣੀ ਉਹ ਚ ਪੱਖਪਾਤ ਹੋਇਆ ਹੈ ਜ਼ਮੀਨੀ ਪੱਧਰ ਤੇ ਕਿਸਾਨਾਂ ਨੂੰ ਫਾਇਦਾ ਨਹੀਂ ਮਿਲ ਰਿਹਾ ਇਸ ਕਰਕੇ ਨਾ ਨਾ ਲਿਸਟ ਜਹੇ ਨਾ ਹੋਵੇ ਜਾਂ ਨਾ ਹੋਵੇ ਇਹ ਕੈਪਟਨ ਅਮਰਿੰਦਰ ਸਿੰਘ ਜੀ ਕਹਿ ਚੁੱਕੇ ਹੈ ਵੀ ਉਹਨਾਂ ਦਾ ਵਾਅਦਾ ਹੈ ਕੀ ਕਹਿਣ ਨਾਮ ਹੀ ਨਾ ਹੋਵੇ ਜਾ ਕੇ ਐਪਲੀਕੇਸ਼ਨ ਦਿਓ ਐਸਡੀਐਮ ਦੇ ਜਾ ਕੇ ਬਈ ਤੁਹਾਡੇ ਕਾਗਜ਼ ਚੈੱਕ ਕਰਕੇ ਤੁਹਾਡਾ ਕਰਜ਼ਾ ਮਾਫ਼ ਇਸ ਲਈ ਕੋਈ ਨਹੀਂ ਰੁਕੇਗਾ ਸਭ ਦਾ ਕਰਜ਼ਾ ਮਾਫ਼ ਹੋਏਗਾ